ਅੱਲੈਕੁਮ ਨਾਜ਼ਰਿਨ ਤੁਸੀਂ ਦੇਖਤੇ ਫਿਰ ਸਾਡਾ ਅਫੀਸ਼ੀਅਲ YouTube ਚੈਨਲ ਮੈਂ ਤੁਹਾਡਾ ਹੋਸਟ ਮੀਆਂ ਨੁਮਾਨ ਨਾਜ਼ਰਿਨ ਕੁਝ ਲੋਕ ਤੁਸੀਂ ਦੇਖਤੇ ਹੋਵੋਗੇ ਸੜਕਾਂ ਦੇ ਉੱਪਰ ਫਿਰਦੇ ਨੇ ਜਿਨ੍ਹਾਂ ਨੂੰ ਲੋਕ ਨਸ਼ਈ ਵੀ ਕਹਿੰਦੇ ਨੇ ਕਈ ਲੋਕ ਉਹਨਾਂ ਨੂੰ ਜਹਾਜ਼ ਵੀ ਕਹਿ ਦਿੰਦੇ ਨੇ ਕਿ ਜਹਾਜ਼ ਉਹ ਨਸ਼ਾ ਕਰਦੇ ਨੇ ਇਹ ਦਸਲ ਇਹਨਾਂ ਲੋਕਾਂ ਦੀ ਕੀ ਕਹਾਣੀ ਆ ਇਹ ਇਹ ਲੋਕ ਨਸ਼ੇ ਦੇ ਉੱਪਰ ਕਿਸ ਤਰ੍ਹਾਂ ਲੱਗੇ ਇਹਨਾਂ ਲੋਕਾਂ ਨੇ ਨਸ਼ੇ ਤੋਂ ਕਿੰਨਾ ਇਹਨਾਂ ਨੇ ਜ਼ਿੰਦਗੀਆਂ ਉਹ ਜੜੀਆਂ ਇਹਨਾਂ ਲੋਕਾਂ ਦੀਆਂ ਇਨਨੂੰ ਕੇਂਦਰ ਲਾਇਆ ਤੇ ਇਹਨਾਂ ਦੀ ਕੀ ਜ਼ਿੰਦਗੀ ਸਾਰੀ ਸੂੜਤੀ ਹਾਲ ਇਸ ਤੇ ਉੱਪਰ ਇੱਕ ਛੋਟੀ ਜਿਹੀ ਡਾਕੂਮੈਂਟਰੀ ਆ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆਂ ਇਹਨਾਂ ਦੋਸਤ ਸੇ ਬਾਬ ਨਾਲ ਗੱਲਬਾਤ ਕਰਾਂਗੇ ਕਿਹੜੀ ਚਿਹੜੀ ਚੀਜ਼ ਦਾ ਤੁਸੀਂ ਨਸ਼ਾ ਕਰਦੇ ਆਂ ਫੌਡਰ ਦਾ ਜੀ ਫੌਡਰ ਦਾ ਤੋਂ ਇਲਾਵਾ ਉਸ ਤੋਂ ਇਲਾਵਾ ਕੋਈ ਨਹੀਂ ਕੀ ਨਾਮ ਤੁਹਾਡਾ ਮੇਰਾ ਨਾਮ ਅਜਮਲ ਹੈ ਅਜਮਲ ਭਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਨਸ਼ਾ ਕਰਦਿਆਂ ਨੂੰ ਤਕਰੀਬਨ ਸਰ 20 ਸਾਲ ਹੋ ਚੱਲੇ ਜ਼ਿੰਦਗੀ ਦੇ 20 ਸਾਲ ਨਸ਼ੇ 'ਚ ਕਰ ਦਿੱਤੇ ਹਾਂਜੀ ਬਿਲਕੁਲ ਕਿਸ ਨੇ ਲਾਇਆ ਸੀ ਕਿ ਬੰਦਾ ਜਵਾਨੀ ਦੇ ਕਦੀ ਖੁਦ ਵਾ ਖੁਦ ਵੀ ਲੱਗ ਜਾਂਦਾ ਇਹ ਕਿਸੇ ਨੇ ਲਾਇਆ ਸੀ ਸਿਗਰਟ ਪੀਂਦਾ ਸੀ ਚਾਰਸਾਲਾ ਤੇ ਉਹ ਇੱਕ ਦਿਨ ਮਿਲੀ ਕੋਈ ਨਹੀਂ ਮੁੰਡਾ ਦੋਸਤ ਸੀਗਾ ਉਹਨੇ ਕਹਿ ਦਿੱਤਾ ਕਿ ਚਲ ਤੂੰ ਇਹਦਾ ਕਸ਼ ਲਾ ਲਾ ਉਹ ਫੇ ਪੰਨੀ ਤੇ ਪੀਂਦੇ ਪੀਂਦੇ ਟੀਕਿਆਂ ਤੇ ਆ ਗਏ ਜੀ ਉਹ ਇੱਕ ਕਸ਼ ਜਿਹੜਾ ਸੀਗਾ ਉਹਨੇ ਜ਼ਿੰਦਗੀ ਤਬਾਹ ਕਰ ਦਿੱਤੀ ਜੀ ਤੇ ਭਾਈ ਤੁਹਾਡਾ ਕੀ ਨਾਮ ਆ ਬਿਲਲ ਮਹਿਬੂਬ ਜੀ ਮਹਿਬੂਬ ਭਾਈ ਕੀ ਹਾਲ ਹੈ ਠੀਕ ਹੋ ਠੀਕ ਠਾਕ ਜੀ ਤੁਸੀਂ ਪਾਊਡਰ ਦਾ ਹਾਂ ਜੀ ਉਸ ਤੋਂ ਇਲਾਵਾ ਕੋਈ ਨਹੀਂ ਜੀ अच्छा तो महबू भाई जे ਛੱਡਣਾ ਹੋਵੇ ਇਸ ਨਸ਼ੇ ਨੂੰ ਤੇ ਕਿਸ ਤਰ੍ਹਾਂ ਛੱਡ ਸਕਦਾ ਬੰਦਾ ਇਲਾਜ ਕਰਾਉਣਾ ਪੈਂਦਾ ਜੀ ਕਿੰਨੇ ਕੇ ਪੈਸੇ ਲੱਗ ਜਾਂਦੇ ਲਾਜ ਦੇ ਇਹ ਵੀ ਆ ਨਹੀਂ ਵੀ ਲੱਗਦੇ ਹੈਗੇ ਇਹ 40 ਰੁਪਏ 50 50000 ਰੁਪਏ ਵੀ ਲੱਗ ਜਾਂਦੇ ਜੀ ਹੁਣ ਕੋਈ ਤੁਹਾਡਾ ਇਲਾਜ ਕਰਾਏ ਕੋਈ ਬੰਦਾ ਕਿਸੇ ਨੂੰ ਕਿਹਾ ਯਾਰ ਮੇਰਾ ਇਲਾਜ ਕਰਾ ਦੇ ਮੈਂ ਛੱਡਣਾ ਚਾਹਨਾ ਕਿਹਾ ਸੀ ਜੀ ਮਨ ਅਗਰੇ ਕਹਿੰਦਾ ਸਾਡੇ ਚ ਆਪਣੀ ਜੀ ਹਿੰਮਤ ਨਹੀਂ ਜ਼ਿੰਦਗੀ ਚ ਕਦੀ ਪਛਤਾਵਾ ਹੋਇਆ ਯਾਰ ਕਿ ਮੈਂ ਗਲਤ ਕੰਮ ਦੇ ਉੱਪਰ ਲੱਗ ਗਿਆ ਸ਼ਾਦੀ ਹੋਈ ਤੁਹਾਡੀ ਨੇ ਜੀ ਤੁਹਾਡੀ شادی ਜਮਲ ਭਾਈ ہاں جی ਮੇਰੀਆਂ ਚਾਰ ਬੇਟੀਆਂ ਜੀ ਚਾਰ ਬੇਟੀਆਂ ਤੁਹਾਡੀਆਂ ہاں جی ਸੋਚਿਆ ਨਹੀਂ ਯਾਰ ਕਿ ਮੈਂ ਨਸ਼ੇ ਤੇ ਲੱਗ ਗਿਆ ਉਹਨਾਂ ਦੀ شادی ਕੌਣ ਕਰੂ ਉਹਨਾਂ ਨੂੰ ਪੜਹਾਊਗਾ ਕੌਣ ਬਿਲਕੁਲ ਜੀ ਬਿਲਕੁਲ ਸੋਚਿਆ ਤੇ ਬੜਾ ਬਰ ਹੁਣ ਫਸੇ ਬੈਠੇ ਆ ਸਰ ਇਹਨਾਂ ਨੂੰ ਜੰਦੀਆਂ ਉਹ ہاں جی ਪੜਦੀਆਂ ਦੋ ਪੜਦੀਆਂ ਨੇ ਦੋ ਹਲੇ ਬੱਚੀਆਂ ਨੇ ਸਰ ਕਦੇ ਕਹਿੰਦੀਆਂ ਹੋਣੀਆਂ ਬਾਪੂ ਅਸੀਂ ਵੀ ਆ ਸੂਟ ਲੈਣਾ ਜਾਂ ਜੁੱਤੀ ਲੈਣੀ ਇਹਦੇ ਉੱਪਰ ਤੁਹਾਡੇ ਨਾਲ ਬਾਜ਼ਾਰ ਜਾਣਾ ਖੇਲਣ ਜਾਣਾ ਬਿਲਕੁਲ ਜੀ ਤੇ ਫਿਰ ਕੀ ਕਰਦੇ ਤੁਸੀਂ ਕਹਿ ਸਕਦੇ ਇਹਨੇ ਵਸਾਈ ਲਿਆ ਇੰਨੀ ਹਾਂਜੀ ਸਾਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਮੁਬਸ਼ਰ ਸੈਨ ਹੈ ਜੀ ਮੁਬਸ਼ਰ ਸੈਨ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਕੋਈ 32 ਸਾਲ ਹੈ 32 ਸਾਲ ਉਮਰ ਤੇ ਨਸ਼ਾ ਕਰਦਿਆਂ ਨੂੰ ਕਿੰਨੀ ਦੇਰ ਹੋ ਗਈ ਨਸ਼ਾ ਕਰਦਾ ਮੈਨੇ ਜੀ 12 13 ਸਾਲ ਹੋ ਚਲੇ ਜੀ 12-13 ਸਾਲ ਤੋਂ ਨਸ਼ਾ ਕਰਦੇ ਆ ਰਹੇ ਕਿਸੇ ਨੇ ਲਾਇਆ ਸੀ ਕਿ ਬੰਦਾ ਆਪ ਹੀ ਲੱਗ ਜਾਂਦਾ ਨਹੀਂ ਆਪ ਹੀ ਲੱਗਦਾ ਬੰਦਾ ਜੀ ਸ਼ਾਦੀ ਹੋਈ ਨਹੀਂ ਸੋਚੇ ਯਾਰ ਕਿ ਸ਼ਾਦੀ ਹੋਊਗੀ ਬੇਗਮ ਵੀ ਆਏਗੀ ਕੋਈ ਔਲਾਦ ਹੋਏਗੀ ਕੁਝ ਦਾ ਦਾ ਫਿਊਚਰ ਇਦਾਂ ਦੀ ਕੋਈ ਗੱਲਬਾਤ ਮੇਰੇ ਬੱਚੇ ਪੜਨਗੇ ਕੋ ਅਫਸਰ ਲੱਗਣਗੇ ਇਦਾਂ ਦੀ ਕੋਈ ਉਹ ਤਾਂ ਹੈ ਲੇਕਿਨ ਸ਼ਾਦੀ ਨਹੀਂ ਕਰवानी ਮੈਂ ਆਪਣੀਆਂ ਭੈਣਾਂ ਛੋਟੀਆਂ ਦਾ ਪਿਲੇ ਉਹਨਾਂ ਦਾ ਕੋਈ ਅੱਲਾ ਪਾਕ ਅੱਛਾ ਸਭਾ ਕਿਨੇ ਭਾਈ ਤੁਸੀਂ ਭਾਈ ਚਾਰ ਸੀਗੇ ਮਾਸ਼ੱਲਾ ਤੇ ਜੇ ਛੇਕ ਭਾਈ ਵੱਡਾ ਫੋਟ ਹੋ ਗਿਆ ਹੁਣ ਤਿੰਨ ਮਹੀਨੇ ਦੋ ਭਾਈ ਕੀ ਕਰਦੇ ਆ ਇੱਕ ਰੰਗ ਛਾ ਜਾ ਇੱਕ ਆਪਣਾ ਕਪੜਾ ਦੀ ਗੜਮੀ ਤੇ ਘਰ ਦਾ ਜਿਹੜਾ ਖਰਚਾ ਵਾ ਉਹ ਕਿਦਾਂ ਚੱਲਦਾ ਉਹ ਭਾਈ ਵੱਡਾ ਕਰਦਾ ਵਾ ਦੂਸਰੇ ਤੇ ਕੁਝ ਮੈਂ ਵੀ ਆਪਣਾ ਕੋਈ ਮਿਹਨਤ ਮਜ਼ਦੂਰੀ ਕਰਕੇ ਆ ਜਾ ਤੁਸੀਂ ਨਸ਼ਾ ਕਰਦੇ ਆਂ ਘਰ ਪਤਾ ਕਿ ਨਸ਼ਾ ਕਰਦੇ ਤੁਸੀਂ ਜੀ ਕਰਦੇ ਆ ਇਹਨੂੰ ਪਤਾ ਬਹੁਤ ਡੱਕਦੇ ਆ ਕਰਦੇ ਡੱਕਿਆ ਉਹਨਾਂ ਨੇ ਬਥੇਰਾ ਨਹੀਂ ਮੋੜਦਾ ਜਾਨ ਟੁੱਟਦੀ ਪੈਦੀ ਆ ਸਾਡੀ ਇਹ ਅਪੀਲ ਆਪਣਾ ਅਪੀਲ ਕਰਦੇ ਆਂ ਆਪਣੇ ਅੱਗੇ ਵੀ ਚਲੋ ਸਾਡਾ ਕੋਈ ਇਲਾਜ ਕਰ ਦਵੇ ਅਸੀਂ ਦੁਆਵਾਂ ਦੇਣਗੇ ਉਹ ਰੌਣ ਵਾਲੀ ਨਸਲ ਵੀ ਹੈ ਜਿਹੜੀ ਉਹ ਵੀ ਨਾ ਦੇਖ ਕੇ ਸਾਡੇ ਦੇਖੋ ਦੇਖੀ ਖਰਾਬ ਹੋ ਰਹੀ ਹੈ ਇੱਕ ਤਾਂ ਵੀ ਨਾ ਖਰਾਬ ਹੋਏਗੀ ਫੇਰ ਜਿਹੜੇ ਜਿੰਨੇ ਵੀ ਇੱਥੇ ਦੇ ਮਨਸ਼ਾਦ ਫਰੂਕਾ ਤਾਂ ਐਸੇ ਲੋਕਾਂ ਇਹਨਾਂ ਨੂੰ ਵੀ ਉਠਾਇਆ ਜਾਏ ਹਾਂ ਹੀ ਕੋਈ ਜਿਹੜਾ ਅੱਛਾ ਹੋਵੇ ਇੱਥੇ ਦਾ ਜਿਹੜਾ ਮਸਤੂਕ ਹਾਂ ਜੀ ਤੁਸੀਂ ਗੱਲ ਸੁਣੀ ਗੱਲ ਬੜੀ ਪਤੇ ਦੀ ਕੀਤੀ ਇਹਨਾਂ ਨੇ ਇਹਨਾਂ ਨੇ ਕਿਹਾ ਜੀ ਕਿ ਸਭ ਤੋਂ ਪਹਿਲਾਂ ਤਾਂ ਸਾਡਾ ਇਲਾਜ ਕਰਾ ਦਿੱਤਾ ਜਾਵੇ ਤੇ ਬੜਾ ਆਸਾਨ ਹੋਵੇਗਾ ਉਸ ਤੋਂ ਬਾਅਦ ਆਉਣੇ ਵਾਲੇ ਨਸਲ ਨੂੰ ਅਸੀਂ ਇਹ ਕਿੰਨੇ ਕਿਸ ਨਸ਼ੇ ਤੋਂ ਬਚਾ ਨਾ ਲੱਗਣ ਤੀਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਹਕੂਮਤ ਨੂੰ ਚਾਹੀਦਾ ਕਿ ਉਹਨਾਂ ਦੇ ਉੱਪਰ ਵੀ ਪੂੰਦੀ ਲਾ ਕੇ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਨੌਜਵਾਨ ਨਸਲਾਂ ਨੂੰ ਉਹ ਤਬਾਹ ਕਰਦੇ ਨੇ ਕਿ ਤੁਸੀਂ ਜਦੋਂ ਰੋਡ ਦੇ ਉੱਪਰ ਫਿਰਦੇ ਆ ਸਾਮਾਨ ਇਕੱਠਾ ਕਰਦੇ ਆ ਲੋਕ ਤੁਹਾਨੂੰ ਨਸ਼ਈ ਵੀ ਕਹਿੰਦੇ ਆ ਲੋਕ ਤੁਹਾਨੂੰ ਜਹਾਜ ਵੀ ਕਹਿੰਦੇ ਕਦੀ ਯਾਰ ਮਹਿਸੂਸ ਹੋਇਆ ਯਾਰ ਕਿ ਲੋਕ ਮੈਨੂੰ ਕੀ ਕਹਿ ਰਹੇ ਆ ਇਹ ਨੂੰ ਦਮਾ ਇਹ ਤਾਂ ਕਦੀ ਕਿਸੇ ਨੇ ਕਿਹਾ ਤਾਂ ਨਹੀਂ ਹੈ ਲੇਕਿਨ ਫਿਰ ਵੀ ਬੰਦੇ ਨੂੰ ਆਪ ਆਉਂਦੀ ਆ ਵੀ ਮੇਰੇ ਤੇ ਕੋਈ ਰੱਬ ਦੀ ਬੜੀ ਰਹਿਮਤ ਸੀ ਹਲੇ ਵੀ ਹਲ ਹਾਲ ਚ ਸ਼ੁਕਰ ਅਦਾ ਕਰਦਾ ਅੱਲਾ ਪਾਕ ਦਾ ਇਥੇ ਰੱਖਿਆ ਅੱਲਾ ਨੇ ਸਹੀ ਰੱਖਿਆ ਬਕਾਇਆ ਅੱਲਾ ਪਾਕ ਕੋਈ ਨੇਕ ਦਵੇਆਬੀ ਕੋਸ਼ਿਸ਼ ਕਰ ਰਹੇ ਆ ਚਲੋ ਕੋਈ ਸਾਡਾ ਇਲਾਜ ਹੋ ਜੇ ਕੋਈ ਸਾਨੂੰ ਵੀ ਦੇਖ ਕੇ ਕਵੇ ਵੀ ਭਾਈ ਚੰਗਾ ਜਾ ਰਿਹਾ ਹੋਰ ਨਹੀਂ ਸਾਨੂੰ ਦੇਖਣ ਵਾਲਿਆਂ ਨੇ ਜਿਵੇਂ ਤੇਵੇਂ ਤੁਹਾਡੇ ਕਹਿਣ ਦਾ ਮਕਸਦ ਉਹਨਾਂ ਨੇ ਕਹਿਣਾ ਇਹੋ ਜਾਜ ਜਾ ਰਿਹਾ ਹੈ ਸ਼ਹੀ ਜਾ ਰਿਹਾ ਹੈ ਡਾਕਟਰ ਜਾ ਰਿਹਾ ਹੈ ਸ਼ੋਪਰ ਜਾ ਰਿਹਾ ਅਸੀਂ ਕਿੰਨੇ ਵੀ ਚਲੋ ਨਾ ਹੋਵੇ ਸਾਡੇ ਹੱਲ ਦੇਖ ਕੇ ਅਗਰ ਕੋਈ ਬੱਚਾ ਜਾ ਰਿਹਾ ਉਹ ਵੀ ਦੇਖ ਕੇ ਰੁਕ ਜਿਏਗਾ ਉਹਨੇ ਦੇਖ ਕੇ ਕਹਿਣਾ ਵਾ ਇਹ ਉਹਨੇ ਦੇਖ ਦੇਖ ਕੇ ਸਾਡੇ ਹੱਲ ਦੇਖ ਕੇ ਜ਼ਿਆਦਾ ਖਰਾਬ ਹੋਏਗਾ ਜ਼ਿਆਦਾ ਖਰਾਬ ਹੋਏਗਾ ਤਾਂ ਕਿ ਬਿਹਤਰ ਹਲੇ ਕੁਝ ਸਾਡਾ ਇਲਾਜ ਕੀਤਾ ਜਾਏ ਨਈ ਜ਼ਿੰਦਗੀ ਹੈ ਇਨਾ ਨੂੰ ਵੀ ਅੱਗੇ ਕੀਤੀ ਅੱਛਾ ਜਦੋਂ ਤੁਸੀਂ ਕਿਸੇ ਕੋ ਪੈਸੇ ਮੰਗਦੇ ਆ ਜੀ ਉਹਨੂੰ ਪਤਾ ਹੁੰਦਾ ਕਿ ਨਸ਼ਾ ਕਰਦੇ ਆ ਉਹਨੂੰ ਦੱਸਦੇ ਆ ਜਾਂ ਉਹਨੂੰ ਕਹਿੰਦੇ ਕਿ ਨਹੀਂ ਨਸ਼ੇ ਵਾਸਤੇ ਨਹੀਂ ਲੈ ਰਿਆ ਮੈਂ ਇਹ ਉਹਨਾਂ ਨੂੰ ਪਤਾ ਹੁੰਦਾ ਜੀ ਝੂਠ ਆ ਮੈਂ ਤਾਂ ਅਜੇ ਤੱਕ ਕਦੀ ਮਾਰਿਆ ਨਹੀਂ ਨਾ ਮਾਰਿਆ ਝੂਠ ਅਜੇ ਤੱਕ ਨਹੀਂ ਮਾਰਿਆ ਨਹੀਂ ਮਾਰਿਆ ਤੇ ਔਰ ਨਾ ਹੀ ਮਾਰਨਾ ਝੂਠ ਅੱਛਾ ਨਸ਼ਾ ਕਰਦੇ ਆ ਲੇਕਿਨ ਝੂਠ ਕਦੀ ਨਹੀਂ ਬੋਲਦੇ ਝੂਠ ਨਹੀਂ ਮਾਰਿਆ ਬੜੀ ਗੱਲ ਆ ਜੀ ਮੈਂ ਆਪਣਾ ਕਹਿ ਰਿਹਾ ਆਪਣੀ ਇਮਾਨ ਨਾਲ ਕਿਸੇ ਦਾ ਮੈਂ ਨਹੀਂ ਕਹਿ ਰਿਹਾ ਜੀ ਇਸ ਕਰਕੇ ਝੂਠ ਕਦੀ ਨਹੀਂ ਬੋਲੇ ਝੂਠ ਕਦੀ ਨਹੀਂ ਅਸਾ ਜਦੋਂ ਤੁਹਾਨੂੰ ਕੋਈ ਬੰਦਾ ਪੈਸੇ ਦਿੰਦਾ ਵਾ ਜੋ ਪੈਸੇ ਤੁਸੀਂ ਗਲਤ ਤਰੀਕੇ ਵਾਸਤੇ ਯੂਜ਼ ਕਰਦੇ ਤੁਸੀਂ ਨਸ਼ਾ ਲੈ ਲੈਨੇ ਆ ਤੇ ਕਿ ਨਾ ਤਾਂ ਉਸ ਬੰਦੇ ਨੂੰ ਮਿਲ ਗਿਆ ਜਿਹਨੇ ਤੁਹਾਨੂੰ ਪੈਸੇ ਦਿੱਤੇ ਫਿਰ ਬੰਦਾ ਤੁਹਾਨੂੰ ਪੈਸੇ ਕਿਉਂ ਦਵੇ ਨਹੀਂ ਉਹ ਉਸ ਬੰਦੇ ਨੂੰ ਤਾਂ ਨੀ ਨਾ ਪਤਾ ਵੀ ਉਹਨੇ ਹਾਂਜੀ ਲੇਕਿਨ ਅਸੀਂ ਮੈਂ ਆ ਮੈਨੂੰ ਅਗਰ ਕੋਈ ਦੇ ਰਿਹਾ ਨਾ ਮੈਨੂੰ ਕਹਿਣਾ ਹੁੰਦਾ ਭਾਈ ਵੀ ਮੈਂ ਇਹਦਾ ਸਿਗਰਟ ਲੈ ਕੇ ਪੀਣੀ ਹੈ ਹਾਂ ਅਬ ਲ ਤਾਂ ਮੈਂ ਕਦੀ ਕਿਸੇ ਕੋ ਮੰਗੇ ਨਹੀਂ ਜੇ ਅਗਰ ਮੰਗਾ ਵੀ ਅਗਲਾ ਖੁਸ਼ ਹੋ ਕੇ ਦਵੇ ਤਾਂ ਮੈਨੂੰ ਕਹਿਣਾ ਹੁੰਦਾ ਭਾਈ ਵੀ ਇਹ ਤੁਸੀਂ ਮੈਨੂੰ ਦੇ ਰਹੇ ਆ ਮੈਂ ਇਹਨੂੰ ਕਿਸ ਰਸਤੇ ਆਪਣਾ ਚੰਗੇ ਰਸਤੇ ਹੀ ਲਾਣਾ ਅਗਲਾ ਨੇ ਤਾਂ ਦੇਣਿਆ ਖੁਦਾ ਤਰਸੀ ਕਰਕੇ ਸਾਨੂੰ ਵੀ ਚਲੋ ਗਰੀਬ ਆਦਮੀਆਂ ਮਾੜਾ ਵਾ ਆਪਣਾ ਕੋਈ ਬੱਚਿਆਂ ਲਈ ਲੈ ਜਾਏਗਾ ਸ਼ਾਇਦ ਅਸਤ ਮੋਸ਼ਰ ਭਾਈ ਮੈਨੂੰ ਇਹ ਦੱਸੋ ਕਿ ਇੱਕ ਨਿਜ਼ਾਮ ਆ ਦੁਨੀਆ ਦਾ ਮੋਸ਼ਰ ਭਾਈ ਇੱਕ ਨਿਜ਼ਾਮ ਆ ਦੁਨੀਆ ਦਾ ਠੀਕ ਆ ਅੱਲਾਹ ਤਾਲਾ ਨੇ ਬਣਾਇਆ ਉਸ ਤੋਂ ਬਾਅਦ ਰੋਜ਼ੇ ਕਿਆਮਤ ਹਿਸਾਬ ਹੋਵੇਗਾ ਤੇ ਕੀ ਫਿਰ ਜਾ ਕੇ ਕਹੋਗੇ ਜਦੋਂ ਅੱਲਾਹ ਪੁੱਛੇਗਾ ਕਿ ਕਿ ਤੈਨੂੰ ਇੱਕ ਜ਼ਿੰਦਗੀ ਦਿੱਤੀ ਸੀ ਇਬਾਦਤ ਵਾਸਤੇ ਨਸ਼ੇ ਦੇ ਉੱਪਰ ਲਾ ਦਿੱਤੀ ਤੇ ਫਿਰ ਕੀ ਰੋਜ਼ੇ ਕਿਆਮਤ ਜਵਾਬ ਦੇਵੋਗੇ ਇਹ ਜਵਾਬ ਕੀ ਦੇਣਾ ਹੈ ਬਸ ਤੋਬਾ ਹੀ ਕਰਦੇ ਹਾਂ ਰੱਬ ਸੋਣਾ ਮਾਫੀ ਕਰ ਦੇਵੇ ਸਾਨੂੰ ਅਸੀਂ ਇਸ लायक ਤਾਂ ਨਹੀਂ ਹਾਂ ਠੀਕ ਜੀ ਨਾਜ਼ਿਰ ਤੁਸੀਂ ਸਾਰੀ ਗੁਫ਼ਤਗੂ ਉਹਨਾਂ ਦੀ ਸੁਣੀ ਗੁਫ਼ਤੂਗੂ ਦੇ ਵਿੱਚ ਇਸ ਡਾਕੂਮੈਂਟਰੀ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਮੇਰੇ ਦਿਲ ਨੂੰ ਲੱਗੀਆਂ ਪਹਿਲੀ ਗੱਲ ਉਹਨਾਂ ਨੇ ਕਿਹਾ ਜੀ ਕਿ ਮੈਂ ਨਸ਼ਾ ਜ਼ਰੂਰ ਕਰਦਾ ਲੇਕਿਨ ਜ਼ਿੰਦਗੀ ਤੇ ਝੂਠ ਕਦੇ ਨਹੀਂ ਬੋਲਿਆ ਸਭ ਤੋਂ ਅੱਛੀ ਗੱਲ ਜਿਹੜੀ ਕਿ ਮੁਸਲਮਾਨ ਅਕਸਰ ਝੂਠ ਬੋਲ ਲੈਂਦੇ ਨੇ ਕਿ ਮੈਂ ਝੂਠ ਨਹੀਂ ਬੋਲਦਾ ਦੂਸਰੀ ਗੱਲ ਕਿਸੇ ਕੋ ਪੈਸੇ ਲਵਾ ਤਾਂ ਉਹ ਮੈਨੂੰ ਦੱਸ ਦਿਨਾ ਹੁੰਦਾ ਕਿ ਨਸ਼ੇ ਵਾਸਤੇ ਯੂਜ਼ ਕਰਨ ਲੱਗਾ ਦਿਲ ਮੰਨੇ ਤਾਂ ਦੇਦੀ ਦਿਲ ਮੰਨੇ ਤੇ ਨਾ ਦੇਈ ਉਸ ਤੋਂ ਬਾਅਦ ਉਹਨੇ ਕਿਹਾ ਜੀ ਕਿ ਮੈਂ ਨਸ਼ਾ ਛੱਡਣਾ ਚਾਹ ਰਿਹਾ ਹਾਂ ਲੇਕਿਨ ਇਹਨੇ ਵਸਾਇਲ ਨਹੀਂ ਹੈਗੇ ਪੈਸੇ ਨਹੀਂ ਹੈਗੇ ਕਿ ਆਪਣਾ ਇਲਾਜ ਕਰਵਾ ਸਕਾ ਹਕੂਮਤ ਤੋਂ ਅਪੀਲ ਆ ਕਿ ਮੇਰਾ ਇਲਾਜ ਕਰਵਾ ਦੇਣ ਜਿਹੜੀ ਨੌਜਵਾਨ ਨਸਲ ਆ ਉਹਨਾਂ ਕੇ ਹੱਥ ਜੋੜ ਕੇ ਅਸੀਂ ਅਪੀਲ ਕਰਦੇ ਆ ਕਿ ਇਸ ਨਸ਼ੇ ਤੋਂ ਪੰਨਾ ਲਗੇ ਕਿਉਂਕਿ ਜ਼ਿਆਦਾ ਲੋਕ ਜਿਹੜੇ ਹੁੰਦੇ ਨੇ ਨਾ ਉਹ ਚਾਹ ਚਾਹ ਦੇ ਵਿੱਚ ਹੀ ਸਿਗਰਟ ਤੋਂ ਕੰਮ ਸ਼ੁਰੂ ਹੋ ਕੇ ਪਾਊਡਰ ਤੇ ਫਿਰ ਗਾਂ ਫੀਮ ਤੇ ਬਹੁਤ ਸਾਰੇ ਨਸ਼ੇ ਦੇ ਵਿੱਚ ਬੰਦਾ ਚੱਲ ਜਾਂਦਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਜਿੰਨੇ ਲੋਕ ਆ ਨਸ਼ਾ ਵੇਚਦੇ ਨੇ ਸਾਡੀ ਹਕੂਮਤ ਤੋਂ ਅਪੀਲ ਹੈ ਕਿ ਇਹਨਾਂ ਨੂੰ ਫੜ ਕੇ ਵੀ ਅੰਦਰ ਕਿਤੇ ਜਾਵੇ ਜਿਨ੍ਹਾਂ ਨੇ ਸਾਡੀ ਜ਼ਿੰਦਗੀਆਂ ਤਬਾਹ ਕੀਤੀਆਂ ਬਾਕੀ ਉਹਨਾਂ ਨੇ ਪਿਆਰੀ ਗੱਲ ਕੀਤੀ ਉਹਨਾਂ ਕਹਿੰਦੇ ਜੀ ਇਹ ਬੜਾ ਦੁੱਖ ਵੀ ਹੁੰਦਾ ਜ਼ਿੰਦਗੀ ਤਬਾਹ ਕਰ ਦਿੱਤੀ ਘਰ ਮੀਨੇ ਪਹਿਣਾ ਬੈਠੀਆਂ ਨੇ ਉਹਨਾਂ ਵਾਸਤੇ ਵੀ ਮੈਂ ਕੁਝ ਕਰਨਾ ਵਾਂ ਤੇ ਲੇਕਿਨਾਂ ਕਿ ਆ ਨਸ਼ਾ ਮੇਰੀ ਜਾਨ ਹੀ ਨਹੀਂ ਛੱਡਦਾ ਡਾਕੂਮੈਂਟਰੀ ਤੁਸੀਂ ਦੇਖ ਲਈ ਉਮੀਦ ਕਰਦੇ ਚੰਗੀ ਲੱਗੀ ਹੋਵੇਗੀ ਜਨਾਬ ਆਪਣੇ ਮੇਜ਼ਬਾਨ ਮੀਆਂ ਨਮਾਨ ਹੋ ਦਿਓ ਇਜਾਜ਼ਤ ਇਨਸ਼ਾਅੱਲਾ ਨਵੀਂ ਵੀਡੀਓ ਵਿੱਚ ਦੁਬਾਰਾ ਮੁਲਾਕਾਤ ਹੋਵੇ ਪਾਕਿਸਤਾਨ ਜ਼ਿੰਦਾਬਾਦ